ਸਿਮਰ, ਪਹਿਲਾਂ ਤਾਂ ਤੁਹਾਡੇ ਨਾਲ ਬਹੁਤ ਮਾੜਾ ਹੋਇਆ ਕਿਉਂਕਿ ਅਜਿਹਾ ਨਹੀਂ ਹੋਣਾ ਚਾਹੀਦਾ ਸੀ ਜਿੱਥੇ ਵੀ ਤੁਸੀਂ ਪ੍ਰੋਗਰਾਮ ਸੀ ਤੁਹਾਡਾ, ਕਿ ਇੱਦਾਂ ਦਾ ਨਹੀਂ ਹੋਣਾ ਚਾਹੀਦਾ ਕਿਉਂਕਿ ਤੁਸੀਂ ਤਾਂ ਆਪਣੀ ਡਿਊਟੀ ਰੋਜ਼ੀ ਰੋਟੀ ਕਰ ਰਹੇ ਹੋ। ਤੁਹਾਡੇ ਵਾਂਗੂ ਬਹੁਤ ਸਾਰੀਆਂ ਧੀਆਂ ਨੇ ਪੰਜਾਬ ਦੀਆਂ ਜਿਹੜਾ ਆਪਣਾ ਘਰ ਚਲਾ ਰਹੀਆਂ ਨੇ। ਜੀ ਹਾਂਜੀ ਬਿਲਕੁਲ। ਹਾਂ, ਅਤੇ ਕਿੰਨਾ ਚਿਰ ਹੋ ਗਿਆ ਸਿਮਰ ਤੁਹਾਨੂੰ ਆਪਣੇ ਇਹ ਰੰਗਾ ਜਿਹੜਾ ਪ੍ਰੋਗਰਾਮ ਤੁਹਾਡਾ ਸੱਭਿਆਚਾਰਕ ਮੰਚ ਨੂੰ ਜੋ ਵੀ ਆ? ਬਾਕੀ ਸਾਰਿਆਂ ਦੀ ਸੋਚ ਹੁੰਦੀ ਆਪਣੀ ਆਪਣੀ। ਜੀ ਜੀ ਜੀ, ਤੇ ਪਿਛਲੇ 12 ਸਾਲ ਤੋਂ ਤੁਸੀਂ ਕੰਮ ਕਰ ਰਹੇ ਹੋ? ਹਾਂਜੀ ਹਾਂਜੀ ਜੀ ਹਾਂਜੀ। ਤੇ ਕਿੰਨੀਆਂ ਪੜ੍ਹੇ ਜੇ ਤੁਸੀਂ? ਕਿੰਨੀਆਂ? ਮੈਂ ਜੀ 9th ਤੋਂ ਬਾਅਦ 10th ਦੇ ਵਿੱਚ ਅੱਧਾ ਕੰਮ ਛੱਡ ਕੇ ਇਸ ਲਾਈਨ 'ਚ ਆ ਗਈ ਸੀ ਜੀ। ਅੱਛਾ ਅੱਛਾ ਅੱਛਾ, ਤੇ ਹਾਂਜੀ ਸ਼ੁਰੂ ਤੋਂ ਇਸੇ ਤੁਸੀਂ ਮੰਚ ਦੇ ਨਾਲ ਜੁੜੇ ਹੋ, ਜਿਹੜਾ ਵੀ ਤੁਹਾਡੇ ਜਿਹੜਾ ਹੈ ਜਿਹੜਾ ਵੀ ਮੰਚ ਜਿਹੜਾ ਹੈਗਾ ਤੁਹਾਡਾ, ਕੀ ਕੀ ਨਾਮ ਹੈਗਾ ਜਿੱਥੇ ਤੁਸੀਂ ਕੰਮ ਕਰ ਰਹੇ ਹੋ? ਮੈਂ ਕਿਸੇ ਵੀ ਮੰਚ ਨਾਲ ਜੁੜੀ ਨਹੀਂ ਹੋਈ ਭਾਜੀ। ਅੱਛਾ ਜੀ, ਮੈਂ ਸੋਲੋ ਆਰਟਿਸਟ ਹਾਂ। ਓਕੇ ਜੀ, ਸੋਲੋ, ਤੇ ਮਤਲਬ ਕੋਈ ਵੀ ਜਿੱਥੇ ਵੀ ਕਿਸੇ ਨੂੰ ਲੋੜ ਹੁੰਦੀ ਹੈ ਤੁਸੀਂ ਉਹਨਾਂ ਦੇ ਨਾਲ ਚਲੇ ਜਾਂਦੇ ਹੋ? ਹਾਂਜੀ ਹਾਂਜੀ ਜੀ ਬਿਲਕੁਲ। ਅੱਛਾ ਅੱਛਾ, ਕੋਈ ਪਰਮਾਨੈਂਟ ਜਿੱਥੇ ਸਾਨੂੰ ਮੈਨੂੰ ਬੁਲਾਇਆ ਜਾਂਦਾ ਹੈ, ਇਨਵਾਈਟ ਕੀਤਾ ਜਾਂਦਾ ਹੈ, ਉੱਥੇ ਜਾਂਦੀ ਹਾਂ ਮੈਂ ਭਾਜੀ। ਅੱਛਾ, ਕੋਈ ਪਰਮਾਨੈਂਟ ਨਹੀਂ ਕਿਸੇ ਡੀਜੇ ਵਾਲੇ ਨਾਲ ਤੁਸੀਂ ਅਟੈਚ ਹੈ? ਹਾਂਜੀ, ਤੁਸੀਂ ਪਰਮਾਨੈਂਟ ਨਹੀਂ ਕਿਸੇ ਡੀਜੇ ਵਾਲੇ ਦੇ ਨਾਲ ਅਟੈਚ, ਜਿੱਥੇ ਵੀ ਤੁਹਾਨੂੰ ਕੋਈ ਰਿਕੁਆਇਰਮੈਂਟ ਹੁੰਦੀ ਤੁਸੀਂ ਚਲੇ ਜਾਂਦੇ ਹੋ? ਤੇ ਤੁਹਾਨੂੰ ਤੁਹਾਨੂੰ ਪ੍ਰਤੀ ਫੰਕਸ਼ਨ ਪੈਸੇ ਮਿਲਦੇ ਨੇ ਕਿ ਪ੍ਰਤੀ ਦਿਨ ਪੈਸੇ ਮਿਲਦੇ ਹੈਗੇ ਨੇ ਜੀ? ਪ੍ਰਤੀ ਦਿਨ। ਅੱਛਾ ਅੱਛਾ, ਤੇ ਉਸ ਦਿਨ ਕੀ ਹੋਇਆ ਸੀ ਕਿ ਜਦੋਂ ਤੁਸੀਂ ਉਹ ਵਿਆਹ ਹੋ ਰਿਹਾ ਸੀ ਕਿ ਕੋਈ ਹੋਰ ਪਾਰਟੀ ਚੱਲ ਰਹੀ ਸੀ? ਉਸ ਟਾਈਮ ਦੀ ਵਿਆਹ ਸੀਗਾ ਕਿਸੇ ਦਾ। ਅੱਛਾ, ਤੇ ਕੀ ਜਦੋਂ ਤੁਸੀਂ ਡਾਂਸ ਕਰ ਰਹੇ ਸੀ, ਨੱਚ ਰਹੇ ਸੀ, ਤੇ ਉਹ ਕਿਸ ਗੱਲ ਤੋਂ ਤੁਹਾਡੀ ਫਿਰ, ਕਿਉਂਕਿ ਤੁਹਾਨੂੰ ਗੁੱਸਾ ਗਿਆ? ਗੁੱਸਾ ਵੀ ਤੁਹਾਡਾ ਹੱਕ ਬਣਦਾ, ਜਾਇਜ਼ ਸੀ ਕਿ ਕੋਈ ਇੱਦਾਂ ਬਦਤਮੀਜ਼ੀ ਕਰੇ ਤੇ ਕਿਵੇਂ ਕੋਈ ਸਹਿਣ ਕਰ ਸਕਦਾ ਨਾ ਜੀ? ਬਿਲਕੁਲ ਜੀ ਬਿਲਕੁਲ। ਤੇ ਕੀ ਹੋਇਆ ਕੀ ਸੀ ਉਸ ਦਿਨ ਸਿਮਰ? ਹੋਇਆ ਕੁਛ ਨਹੀਂ ਸੀ ਜੀ, ਉਹ ਮੈਨੂੰ ਕਹਿੰਦੇ ਸੀਗੇ ਕਿ ਤੂੰ ਨੀਚੇ ਆ ਕੇ ਡਾਂਸ ਕਰ ਜੀ ਫਲੋਰ ਦੇ ਉੱਤੇ। ਤਕਰੀਬਨ ਇਹ ਤਾਂ ਕਰਦੇ ਲੋਕੀ ਕਿ ਨੀਚੇ ਆ ਕੇ ਡਾਂਸ ਕਰੋ। ਬੇਟਾ ਨੀਚੇ ਆਓ, ਆਪਾਂ ਡਾਂਸ ਕਰੀਏ, ਆਪਾਂ ਨੀਚੇ ਚਲ ਜਾਂਦੇ ਹਾਂ। ਹੁਣ ਜਦੋਂ ਮੈਨੂੰ ਪਤਾ ਵਾ ਕਿ ਮੂਹਰੇ ਸ਼ਰਾਬੀ ਨੇ, ਮੈਂ ਕਿਉਂ ਨੀਚੇ ਜਾਵਾਂ? ਬਿਲਕੁਲ 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 ਬਿਲਕੁਲ। ਤੇ ਮੈਂ ਨੀਚੇ ਚਲ ਜਾਂਦੀ, ਫਿਰ ਇਹਨਾਂ ਲੋਕਾਂ ਨੇ ਕਹਿਣਾ ਇਹ ਆਪ ਕਿਉਂ ਗਈ ਸੀ। ਹਾਂ ਬਿਲਕੁਲ 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 ਬਿਲਕੁਲ, ਤੁਸੀਂ ਸਿਆਣਪ ਵਰਤੀ ਹੈਗੀ ਬਿਲਕੁਲ ਜੀ ਨਾ, ਫਿਰ ਕੋਈ ਹੋਰ ਗੱਲ ਵੀ ਬਣ ਸਕਦੀ। ਮੈਂ ਨੀਚੇ ਨਹੀਂ ਗਈ। ਹਾਂਜੀ, ਤੇ ਉਹਨਾਂ ਨੂੰ ਇਹੋ ਹੀ ਉਹਨਾਂ ਦੀ ਇਗੋ ਹਰਟ ਹੋ ਗਈ ਸੀ ਕਿ ਕਿਸੇ ਨੂੰ ਕਹਿ ਰਹੇ ਨੀਚੇ ਨੀਚੇ ਨਹੀਂ ਆਈ। ਫਿਰ ਮੈਂ ਮਾਈਕ ਫੜਿਆ ਤੇ ਫਿਰ ਕੋਈ ਜੱਟਾਂ ਦੀ ਪ੍ਰਤੀ ਕੋਈ ਗੱਲ ਹੋਈ ਸੀਗੀ ਜੀ, ਕਿ ਉਹ ਕਹਿੰਦੇ ਸੀਗੇ ਕਿ ਅਸੀਂ ਜੱਟਾਂ, ਗਾਣਾ ਲਾਇਆ ਉਹਨਾਂ ਨੇ ਮੇਰੇ ਤੇ ਕਿ ਚੱਕ ਲੈਣਗੇ, ਤੇ ਮੈਂ ਮਾਈਕ ਫੜ ਕੇ ਦੇਖੋ ਜਦੋਂ ਆਪਾਂ ਲੇਡੀ ਸੰਗੀਤ ਕਰਦੇ ਹਾਂ ਸਰ ਜੀ ਜੀ ਜੀ, ਲੇਡੀ ਸੰਗੀਤ ਦੇ ਵਿੱਚ ਲੇਡੀਜ਼, ਆਪਾਂ ਖੁਸ਼ੀ ਦਾ ਮਾਹੌਲ ਹੁੰਦਾ ਵਾ ਲੇਡੀ ਸੰਗੀਤ ਕਰੀਦਾ, ਉਹਦੇ ਵਿੱਚ ਕਈ ਬੋਲੀਆਂ ਪਾਈਆਂ ਜਾਂਦੀਆਂ ਨੇ ਏਦਾਂ ਦੀਆਂ ਜਿਹੜੀਆਂ ਮੁੰਡਿਆਂ ਤੇ ਲੱਗਦੀਆਂ ਨੇ ਜੀ 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 ਜੀ, ਪੋਟੀ ਮਾਰਨਾ ਜਿਹਨੂੰ ਕਹਿੰਦੇ ਆ ਜੀ, ਹਨਾ। ਤੇ ਮੈਂ ਉਹਨਾਂ ਨੂੰ ਅੱਗੋਂ ਹੀ ਕਿਹਾ ਸੀ ਮਾਈਕ ਫੜ ਕੇ ਕਿ ਪਹਿਲਾਂ ਤਾਂ ਮੈਂ ਕਿਹਾ ਸੀਗਾ ਕਿ ਤੁਸੀਂ ਉਹ ਮੁੰਡੇ ਤੇ ਅਸੀਂ ਆ ਕੁੜੀਆਂ, ਇਹ ਨੀ ਸਮਝਣਾ ਆਪਾਂ ਇੱਕ ਇਨਸਾਨ ਆ, ਇਨਸਾਨ ਦੇ ਨਾਲ
ਪਤਾ ਕਰੀਏ। ਜੀ 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 ਠੀਕ ਹੈ। ਤੇ ਦੂਸਰੀ ਗੱਲ ਮੈਂ ਉਹਨਾਂ ਨੂੰ ਇਹ ਕਹੀ ਸੀ ਕਿ ਜੇ ਤੁਸੀਂ ਜੱਟ ਵਾਲਾ ਗਾਣਾ ਲਾਇਆ ਨਾ ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਕਿ ਇੱਧਰ ਵੀ ਇੱਕ ਜੱਟੀ ਖੜੀ ਹੈ ਫਿਰ। ਜੀ 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 ਬਿਲਕੁਲ 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 ਚੱਕ ਲਓਗੇ। ਮੈਂ ਤਾਂ ਸਿਰਫ ਜਸਟ ਇੱਕ ਬੋਲੀ ਮਾਰੀ ਉਹਨਾਂ ਨੂੰ। ਜੀ 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 ਉਹ ਸੀਗੇ, ਤੁਹਾਨੂੰ ਪਤਾ ਮੇਲ ਮੇਲ ਨੂੰ ਇਹ ਚੀਜ਼ਾਂ ਬਰਦਾਸ਼ਤ ਨਹੀਂ ਹੁੰਦਾ ਕਿ ਕੁੜੀ ਕਿੱਦਾਂ ਸਾਨੂੰ ਇੱਦਾਂ ਬੋਲ। ਬਿਲਕੁਲ ਬਿਲਕੁਲ ਜੀ ਜੀ ਠੀਕ ਹੈ। ਉਸ ਤੋਂ ਬਾਅਦ ਮੈਨੂੰ ਕਹਿੰਦੇ ਚੱਲ ਤੂੰ ਨੀਚੇ ਜਾ, ਵਾਪਸ ਜਾ। ਜੀ ਮੈਂ ਚੱਲ ਗਈ ਵਾਪਸ, ਵਾਪਸ ਚੱਲ ਗਈ। ਫੇਰ ਮੈਨੂੰ ਆਰਗੇਨਾਈਜ਼ਰ ਕਹਿੰਦਾ ਵਾ ਕਿ ਸਟੇਜ ਤੇ ਜਾ, ਤੈਨੂੰ ਸਟੇਜ ਤੇ ਬੁਲਾ ਰਿਹਾ। ਤਾਂ ਤੁਸੀਂ ਵੀਡੀਓ ਚ ਦੇਖਿਆ ਹੋਣਾ ਮੈਂ ਇਕੱਲੀ ਖੜੀ ਹਾਂ ਉੱਥੇ। ਹਾਂਜੀ 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 ਜੀ। ਹਾਂਜੀ ਮੈਂ ਸਟੇਜ ਤੇ ਗਈ ਆ। ਉਦੋਂ ਫੇਰ ਮੈਨੂੰ ਦੁਬਾਰਾ ਕਹਿ ਰਿਹਾ ਕਿ ਤੂੰ ਨੀਚੇ ਆ ਕੇ ਡਾਂਸ ਕਰ। ਮੈਂ ਕਿਹਾ ਮੈਂ ਆਰਟਿਸਟ ਆ, ਮੈਂ ਨੀਚੇ ਨਹੀਂ ਆਣਾ। ਠੀਕ ਆ, ਉਦੋਂ ਤੱਕ 뮤직 ਚੱਲ ਰਿਹਾ ਸੀਗਾ। ਮੈਂ ਉਹ ਚ ਮਾੜੇ ਮੋਟੇ ਹੱਥ ਪੈਰ ਹੱਲੇ ਮਾਰਨ ਲੱਗੇ ਸੀਗੇ ਤੇ ਡੀਜੇ ਬੰਦ ਹੋ ਗਿਆ ਤੇ ਉਹ ਬੰਦੇ ਨੇ ਮੈਨੂੰ, ਮੈਂ ਉਹਨੂੰ ਕਹਿੰਦੀ ਪਈ ਆ ਕਿ ਮੈਂ ਕਿਉਂ ਨੀਚੇ ਆਵਾਂ। ਮੈਂ ਉਹਨੂੰ ਕਿਹਾ, ਮੈਂ ਕਿਹਾ ਤੂੰ ਗਾਲ ਕੱਢੀ ਤੇ ਗੱਡੀ ਕੀਤਾ। ਉਹਨੇ 뮤직 ਚੱਲਦੇ ਵਿੱਚ ਗਾਲ ਕੱਢੀ ਸੀ, ਉਹਦੀ ਰਿਕਾਰਡ ਨਹੀਂ ਹੋਈ। ਤੇ ਜਿਹੜੀਆਂ ਮੇਰੀਆਂ ਸੀ ਉਹ ਮੇਰੀਆਂ ਲੱਤਾਂ ਖਿੱਚਣ ਦੇ ਲਈ ਲੋਕਾਂ ਨੇ ਮੇਰੀ ਉਹ ਵੀਡੀਓ ਵਾਇਰਲ ਕਰਤੀ। ਜੀ 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 ਤੇ ਮੈਂ ਫਿਰ ਉਹਨਾਂ ਨੂੰ ਰਿਪਲਾਈ ਕੀਤਾ ਸੀ ਜਦੋਂ ਮੇਰੇ ਕੋਲ ਵੀਡੀਓ ਆਈ। ਅੱਛਾ, ਇੱਕ ਤੁਹਾਨੂੰ ਉਹ ਮਾਮਲਾ ਦੱਸ ਦਿੰਦੀ ਹਾਂ। ਉਹ ਮਾਮਲਾ ਇਦਾਂ ਹੋਇਆ ਕਿ ਫਿਰ ਮੈਨੂੰ ਉਹ ਦੂਸਰੇ ਬੰਦੇ ਨੇ ਚੱਕ ਕੇ ਗਲਾਸ ਮਾਰਿਆ। ਜੀ ਗਲਾਸ ਮਾਰਿਆ, ਗਲਾਸ ਮੇਰੇ ਬੱਚਿਆ ਨੀ, ਮੈਨੂੰ ਆਰਗੇਨਾਈਜ਼ਰ ਖਿੱਚ ਕੇ ਲੈ ਗਿਆ। ਤੇ ਮੈਂ ਗਾਲਾਂ ਨਹੀਂ ਸੀ ਕੱਢਣੀਆਂ, ਮੇਰਾ ਇਰਾਦਾ ਸੀਗਾ ਕਿ ਉਹ ਗਲਾਸ ਚੱਕ ਕੇ ਇਹਦੇ ਦੁਬਾਰਾ ਸਿਰ ਚ ਮਾਰਾ ਜਾਂ ਜੁੱਤੀਆਂ ਮਾਰਾ। ਜੀ 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 ਤੇ ਪਰ ਉਹਨਾਂ ਨੇ ਮੇਰੇ ਹੱਥ ਫੜੇ ਸੀਗਾ ਤੇ ਹੋਰ ਗਾਲਾਂ ਤੋਂ ਸਿਵਾਏ ਮੇਰੇ ਕੋਲ ਕੋਈ ਹੋਰ ਹੈ ਨਹੀਂ ਸੀ। ਤਾਂ ਕਰਕੇ ਮੈਂ ਫਿਰ ਉਹਨਾਂ ਨੂੰ ਅਪਸ਼ਬਦ ਜਿਹੜੇ ਆ ਵਰਤੇ। ਜੀ ਤੇ ਉਹ ਗਲਾਸ ਖਾਲੀ ਸੀ ਕਿ ਵਿੱਚ ਇੱਕ ਕੋਲਡ ਡਰਿੰਕਸ ਜਾਂ ਕੁਝ ਹੋਰ ਸੀ? ਡਰਿੰਕ ਸੀ ਸਰ ਉਹਦੇ ਵਿੱਚ। ਹਾਂਜੀ ਉਹਦੇ ਵਿੱਚ ਸ਼ਰਾਬ ਸੀ। ਜੀ 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 ਤੇ ਨਹੀਂ, ਇਹ ਤਾਂ ਬਹੁਤ ਮਾੜੀ ਘਟਨਾ ਹੈਗੀ ਆ। ਤੇ ਹੁਣ ਤੇ ਮਾਮਲਾ ਕਾਫੀ ਪੁਲਿਸ ਤੱਕ ਵੀ ਪਹੁੰਚ ਗਿਆ, ਤੁਸੀਂ ਸ਼ਿਕਾਇਤ ਕੀਤੀ ਕੁਝ? ਹਾਂਜੀ ਹਾਂਜੀ ਕੀਤੀ ਸੀ ਜੀ, ਕੀਤੀ ਸੀ। ਮੈਂ ਕੰਪਲੇਂਟ ਕੀਤੀ ਸੀਗੀ, ਉਸੇ ਦਿਨ ਹੀ ਮੈਂ ਦਰਖਾਸਤ ਦਿੱਤੀ ਸੀ ਜੀ। ਅੱਛਾ 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 ਤੇ ਸਿਮਰ, ਕਿਉਂਕਿ ਤੁਸੀਂ ਦੱਸਿਆ ਤੁਹਾਨੂੰ 12 ਸਾਲ ਹੋ ਗਏ ਕਰੀਬ, ਪਹਿਲਾਂ ਵੀ ਕੋਈ ਏਦਾਂ ਦੀ ਘਟਨਾ ਵਾਪਰੀ ਹੈਗੀ ਜੀ? ਨਹੀਂ ਜੀ, ਪਹਿਲਾਂ ਮੇਰੇ ਨਾਲ ਕੋਈ ਏਦਾਂ ਦੀ ਘਟਨਾ ਵਾਪਰੀ ਨਹੀਂ ਹੈ ਸਰ। ਬਹੁਤ ਰਿਸਪੈਕਟ ਕਰਦੇ ਨੇ, ਸਮਾਜ ਆਪਣਾ ਬਹੁਤ ਸੋਹਣਾ ਬਹੁਤ ਵਧੀਆ ਆ, ਸਾਰੇ ਬਹੁਤ ਰਿਸਪੈਕਟ ਕਰਦੇ ਨੇ ਆਪਣੀ ਹਨਾ ਆਰਟਿਸਟਾਂ ਦੀ, ਬਹੁਤ ਸਾਰੇ ਲੋਕ। ਬਟ ਕਈ ਲੋਕ ਜਿਹੜੇ ਹਰਡਰ ਵਿੱਚ ਰਹਿ ਗਏ ਨੇ, ਮੰਨ ਲਓ 40% ਜਿਹੜੇ ਲੋਕ ਨੇ ਉਹਨਾਂ ਦੀ ਥਿੰਕਿੰਗ ਹਲੇ ਵੀ ਚੇਂਜ ਨਹੀਂ ਹੋਈ। ਉਹਨਾਂ ਨੂੰ ਲੱਗਦਾ ਵਾ ਕਿ ਡਾਂਸਰ ਦੇ ਪ੍ਰੈਸਟੀਜ ਚ ਕੋਈ ਫਰਕ ਨਹੀਂ ਹੁੰਦਾ, ਇਹਨਾਂ ਨੂੰ ਆਪਾਂ ਖਰੀਦ ਲਿਆ ਆ, ਇਹਨਾਂ ਨਾਲ ਆਪਾਂ ਕੁਛ ਵੀ ਕਰ ਸਕਦੇ ਹਾਂ। ਤੁਹਾਨੂੰ ਮਹਿਸੂਸ? ਜੀ 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 ਤੁਹਾਨੂੰ ਮਹਿਸੂਸ ਹੁੰਦਾ ਕਿ ਜਦੋਂ ਤੁਸੀਂ ਪਰਫਾਰਮ ਕਰਦੇ ਹੋ ਕਿ ਬਹੁਤ ਸਾਰੇ ਲੋਕ ਹਾਲੇ ਵੀ ਭੈੜੀਆਂ ਨਜ਼ਰਾਂ ਦੇ ਨਾਲ ਦੇਖਦੇ ਕਿ ਤੇ ਐਵੇਂ ਹੀ ਹੋਏਗੀ ਲੜਕੀਆਂ? ਜੀ ਬਿਲਕੁਲ ਜੀ, ਮੈਂ ਪਰਫਾਰਮ ਕਰਦੀ ਹਾਂ, ਮੈਨੂੰ ਕਦੀ ਵੀ ਕਿਸੇ ਨੇ ਮੈਨੂੰ ਆ ਕੇ ਇੰਨੇ ਖੁਦ ਪੈਸੇ ਫੜਾਉਂਦੇ ਆ ਕਿ ਤੁਸੀਂ ਸਾਡੇ ਤੇ ਸਿੱਟੋ, ਇੰਨਾ ਪਿਆਰ ਬਖਸ਼ਦੇ ਨੇ, ਇੰਨਾ ਇਨਾਮ ਦਿੰਦੇ ਨੇ ਮੈਨੂੰ, ਬਹੁਤ ਪਿਆਰ ਕਰਦੇ ਨੇ। ਇਹ ਮੇਰਾ ਪਹਿਲਾ ਕੋਈ ਏਦਾਂ ਦਾ ਚਾਂਸ ਸੀ ਜਿੱਥੇ ਮੈਨੂੰ ਉਬਾਲਾ ਆ ਗਿਆ ਗੁੱਸੇ ਦਾ। ਨਹੀਂ ਠੀਕ ਹੈ, ਬਹੁਤ ਪਿਆਰ ਦਿੰਦੇ ਨੇ ਲੋਕ, ਲੇਡੀਜ਼ ਆ ਕੇ ਜੱਫੀਆਂ ਪਾ ਪਾ ਕੇ ਮਿਲਦੀਆਂ ਨੇ ਸਰ ਮੈਨੂੰ, ਇੰਨਾ ਪਿਆਰ ਦਿੰਦੇ ਨੇ ਸਾਰੇ। ਤੇ ਜਿਹੜਾ ਉਹ ਜਿਸ ਸ਼ਖਸ ਨੇ ਸੁੱਟੀ ਤੁਹਾਡੇ ਉੱਪਰ ਗਲਾਸ ਸੁੱਟਿਆ ਔਰ ਜਿਸ ਦੇ ਨਾਲ ਜਿਸ ਨੇ ਬਦਤਮੀਜ਼ੀ ਕੀਤੀ ਹੈਗੀ, ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਜਾਂ ਜਿਹੜੇ ਨਾਲ ਨੱਚ ਰਹੇ ਉਹਨਾਂ ਨੇ ਵੀ ਨਹੀਂ ਸਮਝਾਉਂਦਾ ਜਦ ਕੀਤਾ ਮੌਕੇ ਤੇ? ਜੀ ਉਹਨਾਂ ਨੇ ਜੀ ਸਮਝਾਣਾ, ਉਹਨਾਂ ਨੇ ਦੇਖੋ ਸਮਝਾਣਾ ਹੀ ਸੀਗਾ। ਤੇ ਉਹ ਤੈਨੂੰ ਪਤਾ, ਤੁਹਾਨੂੰ ਪਤਾ ਜਿਹੜੇ ਮੁੰਡੇ ਵਿਗੜੇ ਹੁੰਦੇ ਆ ਉਹ ਤੇ ਆਪਣੀਆਂ ਮਾਵਾਂ ਨੂੰ ਵੀ ਗਾਲਾਂ ਕੱਢ ਦਿੰਦੇ ਆ। ਜੀ ਜੀ ਉਹਨਾਂ ਨੇ ਕੀ ਸਮਝਣਾ ਹੁੰਦਾ ਵਾ, ਉਹ ਤਾਂ ਖੁਦ ਧੱਕੇ ਮਾਰ ਰਹੇ ਸੀਗੇ ਆਪਦੀਆਂ ਭੈਣਾਂ ਨੂੰ। ਜੀ 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 ਉਹਨਾਂ ਨੇ ਕਿਸੇ ਦੀ ਇੱਜ਼ਤ ਕੀ ਕਰਨੀ ਹੈ? ਜੀ ਜੀ ਸਿਮਰੀ ਵੀ ਹੈ ਕਿ ਇਹ ਜਿਹੜਾ ਜਿਹਨੇ ਸੁੱਟੀ ਤੁਹਾਡੇ ਉੱਪਰ ਗਲਾਸ ਦਾਰੂ ਦਾ ਭਰਿਆ ਹੋਇਆ,
ਇਹ ਕੋਈ ਹੈ ਕਿ ਕਹਿੰਦੇ ਕਿ ਕਿਸੇ ਪੁਲਿਸ ਅਫਸਰ ਦੇ ਨਾਲ ਕੰਮ ਕਰਦਾ ਹੈਗਾ, ਕੁਛ ਹੈ ਜਾਣਕਾਰੀ ਆਈ ਸਾਹਮਣੇ ਹੁਣ ਤੱਕ? ਨਹੀਂ ਜੀ, ਮੈਨੂੰ ਨੀ ਪਤਾ। ਦੇਖੋ, ਮੈਂ ਉਹ ਕਿਸੇ ਪੁਲਿਸ ਆਫਿਸਰ ਨਾਲ ਕੰਮ ਕਰਦਾ ਜਾਂ ਕਿਸੇ ਨਾਲ ਕੰਮ ਕਰਦਾ, ਮੇਰੇ ਵਾਸਤੇ ਉਹ ਇੱਕ ਬੰਦਾ ਸੀ ਜਿਹਨੇ ਇੱਕ ਲੇਡੀ ਦੀ ਡਿਸਰਿਸਪੈਕਟ ਕੀਤੀ ਆ। ਜੀ ਜੀ ਸਿਮਰ, ਇੱਕ ਹੋਰ, ਕਿਉਂਕਿ ਤੁਹਾਡਾ ਇੰਨਾ ਤਜਰਬਾ ਹੋ ਗਿਆ, ਤੁਸੀਂ ਆਪਣਾ ਘਰ ਚਲਾ ਰਹੇ ਹੋ, ਰੋਜ਼ੀ ਰੋਟੀ ਦਾ ਹੀ ਹੈ ਇੱਕ ਸਾਧਨ ਆ, ਜਿੰਨੀਆਂ ਵੀ ਲੜਕੀਆਂ ਨੇ ਜਿਹੜੀਆਂ ਇਸ ਕਿੱਤੇ ਦੇ ਨਾਲ ਜੁੜੀਆਂ ਹੈਗੀਆਂ, ਤੁਸੀਂ ਜਿਵੇਂ ਜ਼ਿਕਰ ਕੀਤਾ ਕਿ ਹਲੇ ਵੀ 40% ਸਮਾਜ ਦੇ ਵਿੱਚ ਇੱਦਾਂ ਦੇ ਜਿਹੜੇ ਲੋਕ ਨੇ ਜਿਹੜੀਆਂ ਗਲਤ ਨਜ਼ਰਾਂ ਨਾਲ ਜਾਂ ਗਲਤ ਸੋਚਦੇ ਆਏ ਨੇ, ਕਿਉਂਕਿ ਪਿੱਛੇ ਜੇ ਤੁਹਾਨੂੰ ਯਾਦ ਹੋ ਗਿਆ ਕਿ ਇੱਕ ਮਾਲਵੇ ਸਾਈਡ ਦੇ ਵਿੱਚ ਇੱਕ ਕੁੜੀ ਦਾ ਮਰਡਰ ਵੀ ਹੋ ਗਿਆ ਸੀ, ਗੋਲੀ ਵਿੱਚ ਮਾਰੀ ਗਈ ਸੀ ਨਾ, ਤੇ ਫਿਰ ਵੀ ਨਸ਼ੇ ਦੀ ਹਾਲਤ ਦੇ ਵਿੱਚ ਬੰਦੂਕਾਂ ਚਲਾਉਂਦੇ ਆ ਜੀ, ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਚਲਾ ਰਹੇ ਕਿੱਧਰ ਨੂੰ ਆ, ਤੇ ਫਿਰ ਉਹ ਇੱਕ ਇਨਸੀਡੈਂਟ ਹੋ ਗਿਆ ਹਨ ਜੀ 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 ਉਹਨੂੰ ਆਪਾਂ ਕਹਿ ਦਈਏ ਕੁਦਰਤੀ ਹੋ ਗਿਆ ਜਾਵੇ ਹਨ ਜੀ ਜੀ ਉਹ ਜੀ। ਤੇ ਪਰ ਉਸ ਤੋਂ ਬਾਅਦ ਜਿਹੜਾ ਮਰਨ ਵਾਲਾ ਤਾਂ ਮਰ ਗਿਆ ਨਾ, ਉਹ ਤਾਂ ਚੱਲ ਜਿਹੜੀ ਹੋ ਗਈ, ਉਹ ਤੋਂ ਬਾਅਦ ਹਥਿਆਰ ਵਗੈਰਾ ਪੈਲਸਾਂ ਚ ਬੰਦ ਕਰ ਦਿੱਤੇ ਗਏ ਹਨਾ ਜੀ ਜੀ ਜੀ। ਪਰ ਹੱਲੇ ਵੀ ਕੋਈ ਪੈਲਸ ਇਦਾਂ ਦੇ ਹੈਗੇ ਨੇ ਜਿਨ੍ਹਾਂ ਦੇ ਵਿੱਚ ਹਥਿਆਰਾਂ ਤੇ ਰੋਕ ਨਹੀਂ ਲਾ ਜਾ ਰਹੀ, ਹੱਲੇ ਵੀ ਨਹੀਂ ਲਾਈ ਜਾ ਰਹੀ ਜੀ ਜੀ। ਹਾਂਜੀ, ਪਰ ਜਿਵੇਂ ਕੱਲ ਤੁਹਾਡਾ, ਕਿਉਂਕਿ ਗੁੱਸਾ ਤੁਸੀਂ ਜਾਇਜ਼ ਵੀ ਸੀ, ਪਰ ਤੁਹਾਨੂੰ ਤੁਸੀਂ ਦੇ ਉਹ ਇਹ ਵੀ ਤੇ ਮਨ ਚ ਖਿਆਲ ਆ ਸਕਦਾ ਨਾ ਕਿ ਉਧਰ ਬੰਦੇ ਖੜੇ ਨੇ ਤੇ ਤੁਹਾਡੇ ਨਾਲ ਕੁਝ ਵੀ ਬਦਤਮੀਜ਼ੀ ਕਰ ਸਕਦੇ, ਕੁੱਟ ਮਾਰ ਵੀ ਸਕਦੇ ਸੀ, ਹਨਾ ਚਪੇੜਾਂ ਵੀ ਮਾਰ ਸਕਦੇ ਸੀ। ਬਿਲਕੁਲ ਬਿਲਕੁਲ ਜੀ, ਕਰ ਸਕਦੇ ਸੀ, ਉਹ ਬਿਲਕੁਲ ਕਰ ਸਕਦੇ ਸੀਗੇ, ਠੀਕ ਆ। ਔਰ ਮੈਂ ਆਪਣੀ ਸੈਲਫ ਰਿਸਪੈਕਟ ਲਈ ਫੇਰ ਵੀ ਮਰਦੀ ਮਰਦੀ ਵੀ ਇਹੀ ਗੱਲ ਕਹੂੰਗੀ ਕਿ ਮੈਂ ਸੈਲਫ ਰਿਸਪੈਕਟ ਲਈ ਮੈਂ ਛਿੱਤਰ ਵੀ ਖਾ ਸਕਦੀ ਹਾਂ। ਜੀ 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 ਤੇ ਤੁਹਾਡੇ ਇਸ ਗਰੁੱਪ ਦੇ ਵਿੱਚ ਤੁਸੀਂ ਇਕੱਲੇ ਫੀਮੇਲ ਆਰਟਿਸਟ ਸੀ ਕਿ ਬਾਕੀ ਵੀ ਕੁੜੀਆਂ ਨਾਲ ਕੰਮ ਕਰੀਆਂ? ਹਾਂਜੀ, ਬਾਕੀ ਵੀ ਕੁੜੀਆਂ ਸੀਗੀਆਂ ਉੱਥੇ, 3-4 ਕੁੜੀਆਂ ਸੀ ਉੱਥੇ ਜੀ। ਸਿਮਰ, ਜਦੋਂ ਇਵੇਂ ਦੀ ਕੋਈ ਘਟਨਾ ਵਾਪਰ ਜਾਂਦੀ ਆ ਪਰਿਵਾਰ ਦੇ ਵਿੱਚ, ਤੇ ਫਿਰ ਹੁੰਦਾ ਹੀ ਨਾ ਕਿ ਕਿਉਂ ਇਹ ਕੰਮ ਕਰਨਾ ਛੱਡ ਦਿਓ, ਜਾਂ ਤੁਹਾਡੇ ਤੋਂ ਬਾਅਦ ਜਿਹੜੀਆਂ ਹੋਰ ਜਿਹੜੀਆਂ ਛੋਟੀਆਂ ਲੜਕੀਆਂ ਨੇ ਜਿਨ੍ਹਾਂ ਨੂੰ ਹਜੇ ਤਜਰਬਾ 2-2 ਸਾਲ ਦਾ ਹੈਗਾ ਨਾ, ਇਹੋ ਜਿਹੀ ਜਦੋਂ ਪੀੜ ਚੋਂ ਨਿਕਲਦੇ ਹੈਗੇ ਬੰਦਾ, ਇੱਕ ਵਾਰ ਦਿਲ ਤੇ ਟੁੱਟ ਹੀ ਜਾਂਦਾ ਹੈਗਾ ਨਾ ਜੀ। ਨਹੀਂ ਜੀ, ਮੈਂ ਕੰਮ ਕਿਉਂ ਛੱਡਾਂ, ਮੇਰੀ ਜੌਬ ਆ ਜੀ 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 ਮੇਰਾ ਪ੍ਰੋਫੈਸ਼ਨ ਆ ਜੀ, ਮੈਂ ਕੰਮ ਨਹੀਂ ਛੱਡ ਸਕਦੀ ਜੀ। ਮੈਨੂੰ ਇਸ ਸਟੇਜ ਨੇ ਬਹੁਤ ਕੁਝ ਦਿੱਤਾ ਆ, ਜਿਹੜੀ ਸਟੇਜ ਦੇ ਕਰਕੇ ਮੈਂ ਕੱਲ ਲੜਾਈ ਕੀਤੀ ਆ, ਉਹ ਸਟੇਜ ਨੇ ਮੈਨੂੰ ਬਹੁਤ ਕੁਝ ਦਿੱਤਾ, ਉਹ ਮੇਰਾ ਪ੍ਰੋਫੈਸ਼ਨ ਆ। ਜਿਵੇਂ ਤੁਸੀਂ ਲਾ ਲਓ ਡਾਕਟਰ ਡਾਕਟਰੀ ਕਰਦੇ ਆ, ਜਿਵੇਂ ਲਾ ਲਓ ਤੁਸੀਂ ਜਿਹੜੀ ਵੀ ਜੌਬ ਕਰਦੇ, ਇਹ ਮੇਰੀ ਡਾਂਸਰ ਜੇ ਮੈਨੂੰ ਕੋਈ ਕਹਿੰਦਾ ਨਾ, ਮੈਨੂੰ ਕੋਈ ਸ਼ਰਮ ਨਹੀਂ ਹੈ ਇਹਦੇ ਵਿੱਚ, ਮੈਂ ਹਾਂ ਡਾਂਸਰ, ਮੈਂ ਆਪਣਾ ਕੰਮ ਕਰ ਰਹੀ ਹਾਂ ਇਮਾਨਦਾਰੀ ਨਾਲ ਕਰ ਰਹੀ ਹਾਂ, ਮੈਂ ਕੋਈ ਪ੍ਰੋਸਟੀਟਿਊਟ ਨਹੀਂ ਹੈਗੀ, ਮੈਂ ਡਾਂਸਰ ਜ਼ਰੂਰ ਹਾਂ ਜੀ ਜੀ, ਮੈਨੂੰ ਇਹਦੇ ਵਿੱਚ ਕੰਮ ਛੱਡਣ ਦਾ ਕੋਈ ਰੀਜ਼ਨ ਨਹੀਂ ਲੱਗਦਾ। ਨਹੀਂ ਨਹੀਂ ਤੁਸੀਂ ਸਿਰਫ ਜਿਹੜੀਆਂ ਕੁੜੀਆਂ ਡਾਂਸਰ ਹੀ ਨਹੀਂ, ਬਲਕਿ ਦੂਜੀਆਂ ਕੁੜੀਆਂ ਵਾਸਤੇ ਵੀ ਜਿਹੜੀਆਂ ਡੇਲੀ ਸਮਾਜ ਦੇ ਵਿੱਚ, ਚਾਹੇ ਉਹ ਕਿਸੇ ਸਰਕਾਰੀ ਦਫ਼ਤਰ ਜਾਂ ਪ੍ਰਾਈਵੇਟ ਦਫ਼ਤਰ ਜਾਂ ਉਹਨਾਂ ਦਾ ਕੋਈ ਹੋਰ ਪ੍ਰੋਫੈਸ਼ਨਲ ਆ, ਤੁਸੀਂ ਉਹਨਾਂ ਵਾਸਤੇ ਮਿਸਾਲ ਬਣੇ ਹੋ ਕਿ ਜੇ ਲੋੜ ਪੈਣ 'ਤੇ ਮੂੰਹ ਤੋੜਵਾਂ ਜਵਾਬ ਵੀ ਦਿੱਤਾ ਜਾ ਸਕਦਾ ਨਾ। ਮੈਂ ਤਾਂ ਤੁਹਾਡੀ ਇਸ ਭਾਵਨਾਵਾਂ ਦੀ ਕਦਰ ਕਰਦਾ ਹੈਗਾ, ਪਰ ਮੈਨੂੰ ਲੱਗਦਾ ਕਿ ਜਿਹੜੀਆਂ ਨਵੀਆਂ ਲੜਕੀਆਂ ਨੇ ਜਿਹੜੀਆਂ ਇਸ ਪ੍ਰੋਫੈਸ਼ਨ ਦੇ ਨਾਲ ਆਉਂਦੀਆਂ, ਉਹਨਾਂ 'ਤੇ ਅਜਿਹੇ ਮੌਕੇ ਜਦੋਂ ਦੇਖਦੀਆਂ ਨੇ ਤਸਵੀਰਾਂ 'ਤੇ ਮਾੜਾ ਅਸਰ ਤਾਂ ਪੈਂਦਾ ਹੀ ਹੈ ਦਿਮਾਗ 'ਤੇ ਨਾ ਜੀ, ਉਹਨਾਂ ਤੇ ਮਾੜਾ ਅਸਰ, ਉਹ ਉਹਨਾਂ ਦੇ ਪੇਰੈਂਟਸ ਦੇ ਹੱਥ ਹੁੰਦਾ ਨਾ ਜੀ, ਉਹਨਾਂ ਦੇ ਪੇਰੈਂਟਸ ਕੀ ਚਾਹੁੰਦੇ ਆ ਹਨਾ ਜੀ ਜੀ, ਉਹ ਕੀ ਕਰਨਾ ਚਾਹੁੰਦੀਆਂ ਨੇ ਉਹਨਾਂ। ਹੁਣ ਮੇਰੇ ਪੇਰੈਂਟਸ ਨੂੰ ਮੈਂ ਜਦੋਂ ਕੰਮ ਕਰਦੀ ਸੀ ਉਦੋਂ ਨਹੀਂ ਪਤਾ ਸੀ ਮੈਂ ਇਸ ਲਾਈਨ ਚ ਕੰਮ ਕਰਦੀ ਹਾਂ ਜੀ ਜੀ ਜੀ, ਫਿਰ ਕੁਛ ਕੁ ਸਾਲਾਂ ਬਾਅਦ ਉਹਨਾਂ ਨੂੰ ਪਤਾ ਲੱਗਾ, ਫਿਰ ਉਹਨਾਂ ਨੇ ਮੇਰੀ ਪਰਫਾਰਮੈਂਸ ਦੇਖੀ ਕਿ ਸਾਡੀ ਕੁੜੀ ਕੋਈ ਲੱਛਣਤਾ ਨਹੀਂ ਕਰਦੀ ਹੈਗੀ ਜੀ 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 ਜੀ
ਕੰਮ ਕਰਦੀ ਆ, ਮੇਰੇ ਪੇਰੈਂਟਸ ਮੈਨੂੰ ਸਪੋਰਟ ਕਰਦੇ ਨੇ। ਜੀ 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 ਉਹ ਪੇਰੈਂਟਸ ਸਪੋਰਟ ਕਰਨ ਕਰਦੇ ਨੇ, ਸਾਡੇ ਮੇਰੇ ਕਰਦੇ ਨੇ, ਤੇ ਮੈਨੂੰ ਹੋਰ ਦੁਨੀਆਂ ਦੀ ਸਮਾਜ ਦੀ ਕੋਈ ਇੰਨੀ ਉਹ ਹੈ ਨਹੀਂ ਆ। ਜੀ 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 ਹਾਂਜੀ ਚਲੋ ਅਸੀਂ ਜੀ ਤੁਹਾਡੇ ਨਾਲ ਅਸੀਂ ਤੇ ਕਰਾਂਗੇ ਰੱਬ ਅੱਗੇ ਦੁਆਵਾਂ ਕਿ ਤੁਹਾਡਾ ਆਪਣਾ ਕੋਈ ਸੱਭਿਆਚਾਰਕ ਗਰੁੱਪ ਹੋਵੇ ਤੇ ਇਦਾਂ ਹੀ ਕੁੜੀਆਂ ਨੂੰ ਅਜਿਹੇ ਲੋਕਾਂ ਨੂੰ ਮੂੰਹ ਤੋੜਵਾਂ ਜਵਾਬ ਦੇਣਾ ਚਾਹੀਦਾ ਹੈਗਾ ਜੀ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਹਾਂਜੀ ਹਾਂਜੀ ਜੀ ਬਿਲਕੁਲ।